ਹਾਂਜੀ, ਮੈਂ ਆਦਿਲ ਜਮਾਲ, ਤੁਸੀਂ ਦੇਖ ਰਹੇ ਹੋ ਬੀਸੀਡੀ ਪੰਜਾਬੀ। ਅਤੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਹੜੇ ਕਿਹੜੇ ਫਰਿੱਜ ਹੋਣ ਦੇ ਸਕੋਲੇ ਕਦ ਖੁੱਲਣਗੇ, ਠੀਕ ਹੈ। ਅਤੇ ਇਹਦੇ ਵਿੱਚੋਂ ਔਰ ਪਲੱਸ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ ਕਿ ਕਿੰਨੇ ਬੰਦੇ ਫਿਲਹਾਲ ਜਿਹੜੇ ਓਫਿਸ਼ਲੀ ਦੱਸ ਰਹੇ ਨੇ ਕਿ ਬਿਮਾਰ ਹੋ ਗਏ ਨੇ, ਇਨਫੈਕਟਿਡ ਨੇ, ਠੀਕ ਹੈ, ਔਰ ਕਿੰਨੇ ਸਹੀ ਨੇ ਔਰ ਕਿੰਨੇ ਵਿਕਟਮ ਨੇ। ਬਿਨਾਂ ਤੋਂ ਵੀ ਸਭ ਤੋਂ ਪਹਿਲੇ ਜ਼ਜ਼ਾ ਜਾਂ ਕੌਨਫੇਅਰ ਮਾਜਰਾ ਜ਼ਜ਼ਾ ਜਾਂ ਸਿੰਦਾਕਾ ਤੋਤਾ, ਉਹਨੇ ਕਨਫਰਮ ਕੀਤਾ ਹੈ ਕਿ ਸਕੂਲ ਹੈ ਕਿਊਜ਼ ਹੈ ਫਿਨੋ ਉੱਤੋਂ ਮਾਰ ਦਿਓ, 8 ਮਾਰਚ ਤੱਕ ਸਕੂਲ ਜਿਹੜੇ ਬੰਦ ਰਹਣਗੇ, ਠੀਕ ਹੋ ਗਿਆ। ਇਹਦੇ ਤੋਂ ਇਲਾਵਾ ਦੂਜਾ ਜਿਹੜਾ ਲੈਗੋਰੀਆ ਹੈ, ਰਜੀਓਨਾ ਲੈਗੋਰੀਆ ਰਿਆ ਪਰਿਆ ਵਾਲਾ ਸਕੂਲ ਲੈ ਸਕੂਲ ਹੈ ਮਨੋਨ ਅਸਾਵੋਨਾ, ਰਜੀਓਨਾ ਲੈਗੋਰੀਆ ਖੁੱਲਣਗੇ ਸਕੂਲ ਹੈ, ਲੇਕਿਨ ਸਵੋਨੇ ਸਕੂਲ ਜਿਹੜੇ ਨੇ ਨਹੀਂ ਖੁੱਲਣ ਲੱਗੇ ਅਭੀ। ਇਹਦੇ ਇਲਾਵਾ ਜਿਹੜਾ ਰਜੀਓਨਾ ਲੰਬਾਰ ਦੀ ਆਵੇ, ਰਜੀਓਨਾ ਲੰਬਾਰ ਦੇ ਵਿੱਚ ਵੀ ਰਜੀਓਰ ਨੇ ਵਿਨਤੋ ਦੀ ਤਰ੍ਹਾਂ ਸੇਮ ਸਕੂਲੇ ਜਿਹੜੇ ਨੇ ਅੱਤ ਸਕੂਲ ਸਕੂਲ ਜਿਹੜੇ ਨੇ ਖੋਲ੍ਹਣਗੇ 8 ਮਾਰਚ ਤੋਂ ਬਾਅਦ। ਅਤੇ ਜਿਹੜਾ ਪਿਓਮੋਨ 'ਤੇ ਹੈ, ਪਿਓਮੋਨ 'ਤੇ ਜਿਹੜੇ ਸਕੂਲ ਨੇ ਉਹ ਖੁੱਲ੍ਹਣਗੇ ਮਿਰਕੋਲੇ ਦੀ, ਲੂਨੇ ਦੀ ਔਰ ਮਾਰਤੇ ਦੀ ਸੋਮਵਾਰ ਔਰ ਮੰਗਲਵਾਰ ਛੁੱਟੀ ਹੋਵੇਗੀ, ਲੇਕਿਨ ਬੁੱਧਵਾਰ ਛੁੱਟੀ ਨਹੀਂ ਹੋਣ ਲੱਗੀ। ਅਤੇ ਬੁੱਧਵਾਰ ਸਕੂਲ ਜਿਹੜੇ ਖੁੱਲ੍ਹਣਗੇ ਰਜੀਓਨੇ ਪਿਓਮੋਨ ਦੇ ਵਿੱਚ। ਇਹਦੇ ਇਲਾਵਾ ਜਿਹੜੇ ਬੰਦੇ ਨੇ ਫਿਲਹਾਲ ਹਾਲ ਦੀ ਘੜੀ ਤੱਕ ਜਿਹੜੇ ਬਿਮਾਰ ਹੋਏ ਨੇ ਉਹ 1188 ਉਹਨਾਂ ਦੀ ਤਾਦਾਦ ਹੋ ਗਈ ਹੈ ਰਜੀਓਨੇ ਦੀ ਪਿਓਮੋਨ 'ਤੇ ਦਾ ਆ ਗਿਆ। ਕਹਿੰਦੇ ਇਹ ਪਿਓਮੋਨ 'ਤੇ ਸਕੂਲ ਆ ਅਪੇਰ 'ਤੇ ਦਾ ਮਿਰਕੁਲੇ ਦੀ, ਕਹਿੰਦੇ ਬੁੱਧਵਾਰ ਤੋਂ ਸਕੂਲ ਜਿਹੜੇ ਨੇ ਇਹ ਖੁੱਲ੍ਹੇ ਹੋਣਗੇ ਰਜੀਓਨੇ ਪਿਓਮੋਨ 'ਤੇ ਵਿੱਚ। ਪਿਓਮੋਨ 'ਤੇ ਵਿੱਚ ਤੁਸੀਂ ਦੇਖ ਲਓ ਆਪਣਾ ਕਿਤੇ ਕਿਤੇ ਆਉਂਦੇ ਨੇ ਸਕੂਲ ਹੈ, ਉਹਨਾਂ ਸਭਾਂ ਦੇ ਸਕੂਲ ਜਿਹੜੇ ਹੋਣਗੇ ਖੁੱਲ੍ਹੇ ਹੋਣਗੇ। ਅਤੇ ਜਿਹੜੀ ਹਾਲ ਦੀ ਘੜੀ ਕੁੰਤੇਜੂ ਚਲੀ ਗਈ ਹੈ, ਇਹ 50 ਬੰਦੇ ਜਿਹੜੇ ਨੇ ਇਹ ਠੀਕ ਹੋ ਚੁੱਕੇ ਨੇ, 50 ਤੋਂ ਉੱਤੇ 29 ਬੰਦੇ ਜਿਹੜੇ ਨੇ ਇਹ ਦੁਨੀਆ ਤੋਂ ਚਲੇ ਗਏ ਨੇ, ਫੋਤ ਹੋ ਗਏ ਨੇ, ਔਰ ਜਿਹੜੇ ਅਫਿਸ਼ਲੀ ਅਨਾਊਂਸ ਹੋਏ ਨੇ ਆਖਰੀ ਵਾਰੀ ਬੰਦੇ ਹੁਣ ਉਹ 1128 ਤਾਦਾਦ ਹੋ ਗਈ ਹੈ ਜਿਹੜੇ ਇਫੈਕਟਿਡ ਨੇ ਕਰੋਨਾ ਵਾਇਰਸ ਤੋਂ ਇਟਲੀ ਦੇ ਵਿੱਚ, ਉਹਨਾਂ ਦੀ ਤਾਦਾਦ ਹੋ ਗਈ ਹੈ 1128। ਅਤੇ ਫਿਲਹਾਲ ਤਾਂ ਵੱਧ ਰਹੇ ਨੇ ਅਤੇ ਉਮੀਦ ਅੱਛੀ ਰੱਖਣੀ ਚਾਹੀਦੀ। ਐਮੇਲੀ ਰੋਮਾਨਾ, ਲੰਬਾਰਦੀਆ, ਵਿਨੇਤੋ, ਇਹਨਾਂ ਤਿੰਨਾਂ ਦੇ ਸਕੂਲ ਹੈ ਜਿਹੜੇ ਨੇ ਅਗਲਾ ਪੂਰਾ ਹਫ਼ਤਾ ਵੀ ਬੰਦ ਰਹਣਗੇ, ਯਾਨੀ ਕਿ 8 ਮਾਰਚ ਤੱਕ ਇਹਨਾਂ ਦੀਆਂ ਛੁੱਟੀਆਂ ਨੇ। ਉਹਦੇ ਤੋਂ ਬਾਅਦ ਇਹ ਸਕੂਲ ਸ਼ੁਰੂ ਕਰਨਗੇ। ਪਿਓਮੋਨ 'ਤੇ ਮੇਰਕੋਲੇ ਦੀ ਬੁੱਧਵਾਰ ਨੂੰ ਖੁੱਲ੍ਹੇ ਗਏ, ਔਰ ਲਿਗੂਰੀਆ ਵੀ ਸਭ ਉਹਨਾਂ ਨੂੰ ਛੱਡ ਕੇ। ਹੋਰ ਜੇ ਕਿਸੇ ਨੂੰ ਕੋਈ ਮਾਲੂਮਾਤ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਕਿ ਬਾਕੀਆਂ ਤੱਕ ਵੀ ਪਹੁੰਚ ਸਕੇ, ਉਹਨਾਂ ਦੀ ਵੀ ਹੈਲਪ ਹੋ ਸਕੇ। ਅਤੇ ਤਦ ਤੱਕ ਲਈ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਰੱਬ ਰੱਖਾ।